ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਵਲੋਗ ਅੱਜ ਆਪਾਂ ਗੱਲ ਕਰਾਂਗੇ ਬਵਾਸੀਰ ਬਾਰੇ ਇਹ ਜੋ ਨੁਸਖਾ ਤੁਹਾਨੂੰ ਦੱਸਣ ਜਾ ਰਹੀਆਂ ਇਹ ਬਹੁਤ ਸਾਰੇ ਲੋਕਾਂ ਨੇ ਅਪਣਾਇਆ ਤੇ ਆਪਣੇ ਪੁਰਾਣੀ ਜਿਹੜੇ ਆਯੁਰਵੇਦ ਵਾਲੇ ਡਾਕਟਰ ਨੇ ਜਾਂ ਕਹਿ ਲੋ ਲੋਕ ਨੇ ਉਹ ਇਸ ਨੂੰ ਵਰਤਦੇ ਸਨ ਤੇ ਇਸ ਬਿਮਾਰੀ ਤੋਂ निजात ਪਾਉਂਦੇ ਸਨ ਆਓ ਜਾਣਦੇ ਹਾਂ ਬਵਾਸੀਰ ਦੀ ਸਮੱਸਿਆ ਲੋਕਾਂ ਨੂੰ ਬੜਾ ਜ਼ਿਆਦਾ ਪਰੇਸ਼ਾਨ ਕਰਦੀ ਇਹ ਤਾਂ ਆਪਾਂ ਸਭ ਜਾਣਦੇ ਆ ਇਸ ਨੂੰ ਠੀਕ ਕਰਨ ਦੇ ਲਈ ਬਹੁਤ ਸਾਰੀਆਂ ਲੋਕ ਦਵਾਈਆਂ ਵੀ ਦਾ ਵੀ ਸੇਵਨ ਵੀ ਕਰਦੇ ਨੇ ਪੇਟ ਦੇ ਵਿੱਚ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹਦੇ ਨਾਲ ਬਵਾਸੀਰ ਦੀ ਸਮੱਸਿਆ ਹੋ ਜਾਂਦੀ ਹੈ ਤੇ ਬਵਾਸੀਰ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਇਹਦੇ ਲਈ ਚਾਹੀਦਾ ਕੀ ਇੱਕ ਨਾਰੀਅਲ ਚਾਹੀਦਾ ਬਸ ਇੱਕ ਨਾਰੀਅਲ ਲਵੋ ਉਹਦੇ ਉੱਤੇ ਜਿਹੜੀ ਛਾਲ ਜੀ ਆਈ ਹੁੰਦੀ ਸੁੱਕੀ ਜਿਹੜੀ ਬੂਰੇ ਬੂਰੇ ਰੰਗ ਦੀ ਪਤਲੇ ਬਤਲੀ ਕਿ ਤਾਰਾਂ ਜੀਆਂ ਹੁੰਦੀਆਂ ਨੇ ਵਾਲਾਂ ਵਰਗੀਆਂ ਉਹ ਲੈ ਲਓ ਉਹ ਸੁੱਕਾ ਹੋਇਆ ਨਾਰੀਅਲ ਲਵੋ ਤੇ ਇਹਦੇ ਉੱਤੇ ਜਿਹੜਾ ਛਿਲਕਾ ਹੈ ਨਾ ਉਹ ਉਤਾਰ ਲਵੋ ਹੁਣ ਕੀ ਕਰਨਾ ਹੈ ਵੀ ਇੱਕ ਕੋਈ ਕੜਾਈ ਲੈ ਲਓ ਕੋਈ ਵੀ ਭਾਵੇਂ ਜੀ ਲੋਹੇ ਦੀ ਹੋਵੇ ਤਾਂ ਜਾਂ ਸਰਬ ਲੋਹੇ ਦੀ ਹੋਵੇ ਤਾਂ ਬੜਾ ਜ਼ਿਆਦਾ ਚੰਗਾ ਉਹ ਲਵੋ ਉਹਦੇ ਬਾਅਦ ਉੱਤੋਂ ਜਿਹੜਾ ਆਪਾਂ ਸਾਰੀ ਛਾਲ ਲਾ ਲਈ ਛਿਲਕਾ ਲਾ ਲਿਆ ਨਾ ਵਾਲਾਂ ਵਾਲੀ ਜਿਹੜੀ ਹੁੰਦੀ ਹੈ ਇਹ ਲਾ ਕੇ ਉਹ ਕੜਾਈ ਦੇ ਵਿੱਚ ਪਾ ਦਿਓ ਉੱਤੋਂ ਇੱਕ ਡੱਬੀ ਲੈ ਕੇ ਸੇਕ ਲਾ ਦਿਓ ਉਹਨੂੰ ਅੱਗ ਲਾ ਦਿਓ ਉਸ ਤੋਂ ਬਾਅਦ ਉੱਤੇ ਕੋਈ ਭਾਂਡਾ ਰੱਖ ਦਿਓ ਜਿੰਨੇ ਹੀ ਰੱਖਣਾ ਤਾਂ ਵੀ ਕੋਈ ਨਹੀਂ ਤੇ ਉਸ ਤੋਂ ਬਾਅਦ ਨਾ ਉਹ ਰਾਖ ਜੀ ਤਿਆਰ ਹੋ ਜੇਗੀ ਸਵਾਹ ਬਣ ਜੇਗੀ ਇਹ ਸਵਾਹ ਨੂੰ ਲੈ ਕੇ ਸਾਰੀ ਜਿਹੜੋ ਠੰਡੀ ਹੋ ਜੇ ਇਕੱਠੀ ਕਰ ਲੋ ਇਹਨੂੰ ਕਿਸੇ ਡੱਬੇ ਦੇ ਵਿੱਚ ਪਾ ਲੋ ਤੇ ਉੱਤੋਂ ਢੱਕਣ ਲਾ ਕੇ ਇਹਨੂੰ ਤੁਸੀਂ ਜਮਾ ਕਰਕੇ ਰੱਖ ਲੋ ਹੁਣ ਕਰਨਾ ਕੀ ਵਰਤਨੀ ਕਿਵੇਂ ਸਵੇਰੇ ਜਦੋਂ ਉੱਠਦੇ ਹੋ ਆਪਾਂ ਖਾਲੀ ਪੇਟ ਹੁੰਨੇ ਉਦੋਂ ਕੀ ਕਰਨਾ ਇੱਕ ਕੋਲੀ ਲਵ ਉੱਚ ਦੀ ਪਾਵੋ ਉਸ ਤੋਂ ਬਾਅਦ ਚਾਰ ਚੁੰਡੀਆਂ ਲੈ ਕੇ ਨਾ ਜਿਹੜੀ ਆਪਾਂ ਇਹ ਸਵਾ ਤਿਆਰ ਕੀਤੀ ਇਹ ਚਾਰ ਚੁੰਡੀਆਂ ਗਿਣ ਕੇ ਵਿੱਚ ਪਾ ਲਓ ਇਹਨੂੰ ਚੰਗੇ ਨਾਜ ਚ ਖੰਡ ਪਾਣਾ ਨਾ ਲੂਣ ਪਾਣਾ ਕੁਝ ਨਹੀਂ ਪਾਣਾ ਇਹ ਚਾਰ ਚੁੰਡੀਆਂ ਵਿੱਚ ਪਾ ਕੇ ਤੇ ਚੰਗੀ ਤਲਾ ਹਲਾ ਲਓ ਜਦੋਂ ਹਰ ਆਪਣੇ ਵਿੱਚ ਮਿਕਸ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਇਹਨੂੰ ਖਾ ਲਓ ਤੇ ਦਿਨ ਦੇ ਵਿੱਚ ਇੱਕ ਵਾਰੀ ਖਾਣਾ ਦਿਨ ਦੇ ਵਿੱਚ ਸਿਰਫ ਇਹ ਜੋ ਨੁਸਖਾ ਹੈ ਨਾ ਇਹਦੀ ਵਰਤੋਂ ਇੱਕ ਵਾਰੀ ਕਰਨੀ ਹੈ ਤੇ ਹਫਤੇ ਵਿੱਚ ਸਿਰਫ ਤਿੰਨ ਵਾਰ ਕਰਨੀ ਅੱਜ ਖਾ ਲਿਆ ਅਗਲੇ ਦਿਨ ਛੱਡ ਦਿਓ ਅਗਲੇਨ ਖਾਲਿਆ ਉਸ ਤੋਂ ਅਗਲੇ ਦਿਨ ਛੱਡ ਦੋ ਹਫਤੇ ਵਿੱਚ 7 ਦਿਨਾਂ ਦੇ ਵਿੱਚ ਆਪਾਂ 3 ਵਾਰ ਖਾਣੀਏ ਤੁਸੀਂ ਖੁਦ ਦੇਖੋਗੇ ਕਿ ਜਿਹੜੀ ਤੁਹਾਡੀ ਬਵਾਸੀਰ ਦੀ ਸਮੱਸਿਆ ਹੈ ਨਾ ਉਹ 15 ਦਿਨਾਂ ਦੇ ਵਿੱਚ ਬਿਲਕੁਲ ਖਤਮ ਹੋ ਜਾਏਗੀ ਇਸ ਦੇ ਨਾਲ ਨਾਲ ਜਿਵੇਂ ਮਿਰਚਾਂ ਹੋ ਗਈਆਂ ਹਰੀ ਹੋਗੀ ਭਾਵੇਂ ਲਾਲ ਹੋਗੀ ਤੇ ਮੀਟ ਆਂਡਾ ਹੋ ਗਿਆ ਇਹਦਾ ਤੁਸੀਂ ਜਮਾ ਵਰਤੋਂ ਨਹੀਂ ਕਰਨੀ ਥੋੜੇ ਦਿਨ ਤਲੀਆਂ ਚੀਜ਼ਾਂ ਦਾ ਵੀ ਪਰਹੇਜ਼ ਕਰੋ ਲਾਲ ਮਿਰਚਾ ਹਰੀਆਂ ਮਿਰਚਾ ਆਂਡਾ ਹੋ ਗਿਆ ਮੀਟ ਹੋ ਗਿਆ ਤੇ ਤਲੀਆਂ ਚੀਜ਼ਾਂ ਦਾ ਉਹਨੇ ਦਿਨ ਪਰਹੇਜ਼ ਰੱਖੋ